ਮੇਰਾ ਖਿਆਲ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਜਾ ਰਹੇ ਤੇ ਉਹਨਾਂ ਦੀ ਮਸ਼ਰੂਫੀਅਤ ਜਿਹੜੀ ਕਿਤੇ ਨਾ ਕਿਤੇ ਹੁਸੀਨ ਮਹਿਮਾਨਾਂ ਦੇ ਨਾਲ ਹੁਸੀਨ ਵਾਦੀਆਂ ਦੇ ਵਿੱਚ ਹੋਏਗੀ। ਐਡੇ ਵੱਡੇ ਮਹਾਨ ਕੰਮ ਵਾਸਤੇ ਜੇ ਕੈਪਟਨ ਅਮਰਿੰਦਰ ਸਿੰਘ ਨਹੀਂ ਜਾਣਗੇ ਤੇ ਮੈਸੇਜ ਕੀ ਹੈ? ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਅੰਦਰ ਰੈਜ਼ੋਲੂਸ਼ਨ ਲੈ ਕੇ ਆਏ ਸੀ, ਮਤਾ ਲੈ ਕੇ ਆਏ ਸੀ ਕਿ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਣਾ ਕੋਰੀਡੋਰ ਵਾਸਤੇ, ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਟੋਕ ਕੇ ਕਿਹਾ ਸੀ, ਉਦੋਂ ਟੋਕਿਆ ਸੀ ਕਿ ਕੈਪਟਨ ਸਾਹਿਬ ਪਹਿਲਾਂ ਜਿਹੜਾ ਸੱਜੇ ਹੱਥ ਤੁਹਾਡਾ ਸਿੱਧੂ ਵਜ਼ੀਰ ਬੈਠਾ ਨਾ, ਸਭ ਤੋਂ ਪਹਿਲਾਂ ਸਿੱਧੂ ਦਾ ਧੰਨਵਾਦ ਕਰੋ। ਤੁਸੀਂ ਸਿੱਧੂ ਦੇ ਤਾਂ ਪੈ ਗਏ, ਮਗਰ ਸਾਰੇ ਹੀ ਮੰਤਰੀ, ਸਾਰੇ ਹੀ ਕਾਂਗਰਸ ਦੇ MLA ਸਣੇ ਮੁੱਖ ਮੰਤਰੀ, ਇੱਕ ਪਾਸੇ ਸਿੱਧੂ ਜਿਹੜਾ ਕੋਰੀਡੋਰ ਮੰਗ ਕੇ ਆਇਆ ਜੇ ਪਾਕਿਸਤਾਨ ਗਿਆ ਉਹਦੇ ਤੁਸੀਂ ਗਲ ਪੈ ਗਏ, ਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦਿਆਂ ਪਾਕਿਸਤਾਨ ਗਏ ਤੇ ਲੈ ਕੇ ਗਿਆ ਭੇਡੂ ਦੁੰਬਾ, ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਪਾਕਿਸਤਾਨ ਗਏ ਤੇ ਰੂਸਾਲਮ ਲੈ ਆਏ, ਦੋ ਮੁੱਖ ਮੰਤਰੀ ਗਏ ਤੇ ਤੀਜਾ ਤੁਹਾਡਾ ਗਿਆ ਸਿੱਧੂ ਤੇ ਸਿੱਧੂ ਬਾਬੇ ਨਾਨਕ ਦੇ ਉਸ ਪਵਿੱਤਰ ਘਰ ਵਾਸਤੇ ਸੰਗਤ ਦੇ ਦਰਸ਼ਨ ਕਰਨ ਲਈ ਰਸਤਾ ਮੰਗ ਕੇ ਆਇਆ, ਉਹਦੇ ਤੁਸੀਂ ਗਲ ਪੈ ਗਏ, ਤੇ ਅੱਜ ਕ੍ਰੈਡਿਟ ਵਾਰ ਆ ਗਈ। ਅੱਜ ਹੋ ਗਿਆ ਵੀ ਇਹ ਮੇਰੇ ਨਾਮ ਤੇ ਲੱਗ ਜਾਏ ਵੀ ਇਹ ਰਸਤਾ ਬਾਬੇ ਨਾਨਕ ਵਾਲਾ ਮੈਂ ਹੀ ਹਾਂ। ਅੱਜ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਹੈਗੇ ਆ, ਅਕਾਲੀਆਂ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਹੈਗੀ ਆ, ਤੇ ਚਾਹੇ ਹੈਗੇ ਆ BJP ਵਾਲੇ, ਅੱਜ 2019 ਨੂੰ ਟਾਰਗੇਟ ਕਰਕੇ ਕ੍ਰੈਡਿਟ ਵਾਰ ਦੇ ਵਿੱਚ ਪਏ ਆ। ਪਰ ਮੈਂ ਧੰਨਵਾਦ ਕਰਦਾ ਵੀ ਸਾਨੂੰ ਸਾਡੇ ਬਾਬੇ ਨਾਨਕ ਦੇ ਪਵਿੱਤਰ ਦੁਆਰ ਵਾਸਤੇ ਰਸਤਾ ਮਿਲ ਗਿਆ, ਧੰਨਵਾਦ, ਤੇ ਪੰਜਾਬ ਦਾ ਕਰਜ਼ਾ ਮਾਫ ਕਰ ਦਿਓ ਜੇ ਪੰਜਾਬ ਤੇ ਪੰਜਾਬੀਆਂ ਦਾ ਤੁਸੀਂ ਪਿਆਰ ਕਰਦੇ ਹੋ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਮੈਂ ਸ਼ੁਕਰੀਆ ਅਦਾ ਕਰੂੰਗਾ, ਸਭ ਤੋਂ ਵੱਡਾ ਦਲੇਰਾਨਾ ਫੈਸਲਾ ਸਤਿਕਾਰਯੋਗ ਇਮਰਾਨ ਖਾਨ ਸਾਹਿਬ ਦਾ। BJP ਤੇ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਕਿਹੜੇ ਮੂੰਹ ਨਾਲ ਇਹ ਗੱਲ ਕਹਿ ਰਹੇ? ਪਿਛਲੇ 5 ਸਾਲ ਕੇਂਦਰ ਦੇ ਵਿੱਚ BJP ਦੀ ਸਰਕਾਰ ਕਿਉਂ ਨਹੀਂ ਯਾਦ ਆਇਆ, ਤੇ 10 ਸਾਲ ਪੰਜਾਬ ਦੇ ਅੰਦਰ BJP ਤੇ ਅਕਾਲੀਆਂ ਦੀ ਸਰਕਾਰ ਕਿਉਂ ਨਹੀਂ ਯਾਦ ਆਇਆ? ਅੱਜ ਨਵਜੋਤ ਸਿੱਧੂ ਜਦੋਂ ਇਮਰਾਨ ਖਾਨ ਹੋਰਾਂ ਨੇ ਸਹੁੰ ਚੁੱਕਣੀ ਸੀ ਤੇ ਉਹ ਪਾਕਿਸਤਾਨ ਗਏ, ਮੈਂ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਇਸ ਗੱਲੋਂ ਸ਼ੁਕਰੀਆ ਅਦਾ ਕਰੂੰਗਾ ਵੀ ਉਹਨਾਂ ਨੇ ਪਹਿਲਕਦਮੀ ਕੀਤੀ ਹੈ, ਉਹਨਾਂ ਨੇ ਬਹੁਤ ਵੱਡਾ ਦਲੇਰੀ ਵਾਲਾ ਕਦਮ ਫੈਸਲਾ ਚੁੱਕਿਆ। ਅੱਜ ਇਹ ਹਿੰਦੁਸਤਾਨ ਦੇ ਸਟੇਟ ਪਾਰਟੀਆਂ, ਨੈਸ਼ਨਲ ਪਾਰਟੀਆਂ ਇਹ ਸਾਰੇ ਕ੍ਰੈਡਿਟ ਵਾਰ ਕ੍ਰੈਡਿਟ ਲੈਣ ਵਾਸਤੇ ਇੱਕ ਦੂਜੇ ਦੀ ਉੱਤੋਂ ਦੀ ਛਾਲਾਂ ਮਾਰ ਮਾਰ ਕੇ ਜਾ ਰਹੇ ਆ। ਮੈਂ ਪੰਜਾਬ ਵਿਧਾਨ ਸਭਾ ਦੇ ਅੰਦਰ ਇਹ ਸਵਾਲ ਕੀਤਾ ਸੀ ਵੀ ਨਵਜੋਤ ਸਿੱਧੂ ਮੰਗ ਕੇ ਇਹਦਾ ਧੰਨਵਾਦ ਕਰਦੇ ਨਹੀਂ ਤੁਸੀਂ, ਤੇ ਅੱਜ ਨਵਜੋਤ ਸਿੱਧੂ ਦਾ ਸਰਕਾਰੀ ਦੌਰੇ ਦੇ ਉੱਤੇ ਪਾਕਿਸਤਾਨ ਨਾ ਜਾਣਾ ਨਮੋਸ਼ੀ ਹੈਗੀ ਹੈ ਸਰਕਾਰ ਨੂੰ, ਤਾਂ ਚਾਈ ਚਾਈ ਨਵਜੋਤ ਸਿੱਧੂ ਦੇ ਨਾਲ ਇੱਕ ਦੋ ਪੰਜਾਬ ਦੇ ਹੋਰ ਮੋਹਤਵਰ ਸੱਜਣ, ਕੋਈ ਮੰਤਰੀ, ਕੋਈ ਧਾਰਮਿਕ ਸਾਡੇ ਸੰਤ ਮਹਾਂਪੁਰਸ਼ ਭੇਜਣੇ ਚਾਹੀਦੇ ਸੀ ਤਾਂ ਜੋ ਜਿਹੜਾ